ਇੰਡੀਅਨ ਟਾਈਮਸ ਡੇਲੀ ਡੋਟ ਕਾਮ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਅਮਰੀਕਾ ਦੀਆਂ 10 ਮੁੱਖ ਖਬਰਾਂ ਹਨ। ਇੰਡੀਅਨ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੇ ਬਰਕੇਲੀ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਛਾਤਰਾਵਾਂ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ। ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ ਜਲਦਬਾਜ਼ੀ ਵਿੱਚ ਲਾਗੂ ਕੀਤੀ ਗਈ ਜੀਐਸਟੀ ਦੀ ਵਜ੍ਹਾ ਤੋਂ ਦੇਸ਼ ਦੀ ਅਰਥ ਵਿਵਸਥਾ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਬੈਂਗਲੁਰੂ ਵਿੱਚ ਜਨਮੇ ਗੂਗਲ ਰਿਸਰਚ ਸਾਇੰਟਿਸਟ ਆਨੰਦ ਸੁਰੇਸ਼ ਨੇ ਨਿਊਯਾਰਕ ਵਿੱਚ 2017 ਦਾ ਪੌਲ ਬੈਰਨ ਯੰਗ ਸਕਾਲਰ ਅਵਾਰਡ ਜਿੱਤ ਲਿਆ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਡਿਏਗੋ ਤੋਂ ਪੀਐਚਡੀ ਕਰ ਚੁੱਕੇ ਸੁਰੇਸ਼ ਨੂੰ ਅਕਤੂਬਰ 3 ਨੂੰ ਨਿਊਜਰਸੀ ਵਿੱਚ ਇੱਕ ਖਾਸ ਸਮਾਰੋਹ ਵਿੱਚ ਇਹ ਸਨਮਾਨ ਦਿੱਤਾ ਜਾਵੇਗਾ। ਸੁਪਰੀਮ ਕੋਰਟ ਨੇ ਅਸਥਾਈ ਰੂਪ ਤੋਂ ਇੱਕ ਆਦੇਸ਼ ਉੱਤੇ ਰੋਕ ਲਗਾ ਦਿੱਤੀ ਹੈ, ਜਿਸ ਦੇ ਤਹਿਤ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟ੍ਰੈਵਲ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਅਦਾਲਤ ਨੇ ਸਰਕਾਰ ਉੱਤੇ ਕਿਸੇ ਸ਼ਖਸ ਦੇ ਗ੍ਰੈਂਡ ਪੇਰੈਂਟਸ, ਆਂਟਸ, ਅੰਕਲ ਅਤੇ ਪਰਿਵਾਰ ਦੇ ਬਾਕੀ ਸਦੱਸਿਆਂ ਨੂੰ ਯੂਐਸ ਵਿੱਚ ਵੜਨ ਉੱਤੇ ਪਾਬੰਦੀ ਲਗਾਉਣ ਉੱਤੇ ਵੀ ਰੋਕ ਲਗਾ ਦਿੱਤੀ ਹੈ। ਯੂਐਨ ਸਿਕਿਉਰਿਟੀ ਕਾਉਂਸਲ ਨੇ ਸਹਿਮਤੀ ਨਾਲ ਨਾਰਥ ਕੋਰੀਆ ਉੱਤੇ ਨਵੀਂ ਪਾਬੰਦੀ ਲਗਾਉਣ ਦੀ ਅਨੁਮਤੀ ਦੇ ਦਿੱਤੀ ਹੈ। ਇਸ ਪਾਬੰਦੀ ਵਿੱਚ ਤੇਲ ਅਤੇ ਟੈਕਸਟਾਈਲ ਐਕਸਪੋਰਟ ਦੇ ਇਲਾਵਾ ਨਾਰਥ ਕੋਰੀਅਨਸ ਨੂੰ ਦੁਨੀਆ ਵਿੱਚ ਕਿਤੇ ਵੀ ਨੌਕਰੀ ਨਹੀਂ ਦਿੱਤੀ ਜਾਣੀ ਵੀ ਸ਼ਾਮਿਲ ਹੈ। ਇਸ ਦੇ ਤਹਿਤ ਕੋਈ ਵੀ ਦੇਸ਼ ਨਾਰਥ ਕੋਰੀਆ ਤੋਂ ਆਉਣ ਜਾਣ ਵਾਲੇ ਜਹਾਜ਼ਾਂ ਦਾ ਨਿਰੀਖਣ ਕਰਨ ਦੀ ਅਨੁਮਤੀ ਵੀ ਦਿੰਦਾ ਹੈ। ਵਾਈਟ ਹਾਊਸ ਦੇ ਸਾਬਕਾ ਚੀਫ ਸਟ੍ਰੈਟੇਜਿਸਟ ਸਟੀਵ ਬੈਨਨ ਨੇ 2016 ਦੇ ਪ੍ਰੈਜ਼ੀਡੈਂਸ਼ੀਅਲ ਚੁਣਾਵ ਵਿੱਚ ਰੂਸੀ ਦਖਲਅੰਦਾਜ਼ੀ ਉੱਤੇ ਚੱਲ ਰਹੀ ਜਾਂਚ ਦੀ ਆਲੋਚਨਾ ਕੀਤੀ ਹੈ। ਬੈਨਨ, ਜਿਸ ਨੇ ਰੂਸ ਉੱਤੇ ਚੱਲ ਰਹੀ ਜਾਂਚ ਦੀ ਰਿਪੋਰਟ ਦੇਖੀ ਹੈ, ਉਸਨੇ ਕਿਹਾ ਹੈ ਕਿ ਇਹ ਜਾਂਚ ਇੱਕ ਛਲਾਵਾ ਹੈ ਅਤੇ ਸਿਰਫ ਟਾਈਮ ਦੀ ਬਰਬਾਦੀ ਹੈ। ਸੀਨੇਟ ਨੇ ਇੱਕ ਰੈਜ਼ੋਲੂਸ਼ਨ ਪਾਰਿਤ ਕਰਕੇ ਵਾਈਟ ਸੁਪਰਮਾਸਿਸਟ ਆਰਗੇਨਾਈਜੇਸ਼ਨ ਦੀ ਨਿੰਦਾ ਕੀਤੀ ਹੈ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੋਂ ਅਨੁਰੋਧ ਕੀਤਾ ਹੈ ਕਿ ਉਹ ਇਨ੍ਹਾਂ ਹੇਟ ਗਰੁੱਪ ਦੇ ਖਿਲਾਫ ਬੋਲਣ। ਇਸ ਰੈਜ਼ੋਲੂਸ਼ਨ ਦੇ ਅਨੁਸਾਰ ਅਧਿਕਾਰੀਆਂ ਨੂੰ ਵਾਈਟ ਸੁਪਰਮਾਸਿਸਟ ਦੁਆਰਾ ਕੀਤੇ ਗਏ ਹਿੰਸਾ ਦੀ ਹਰ ਘਟਨਾ ਦੀ ਜਾਂਚ ਕਰਨੀ ਹੋਵੇਗੀ ਅਤੇ ਉਹਨਾਂ ਨੂੰ ਹਿੰਸਾ ਨੂੰ ਅੱਗੇ ਵਧਾਉਣ ਦੀ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਤੋਂ ਰੋਕਣਾ ਹੋਵੇਗਾ। ਪਾਕਿਸਤਾਨ ਦੇ ਪੀਐਮ ਸ਼ਾਹਿਦ ਅਬਾਸੀ ਨੇ ਯੂਐਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਉਹਨਾਂ ਨੂੰ ਦਿੱਤੀ ਜਾਣ ਵਾਲੀ ਸੈਨਿਆ ਮਦਦ ਬੰਦ ਕਰ ਦੇਣਗੇ। ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਅਨੁਦਾਨ ਨੂੰ ਬੰਦ ਕਰਕੇ ਵਾਸ਼ਿੰਗਟਨ ਨੂੰ ਆਤੰਕ ਦੇ ਖਿਲਾਫ ਲੜਾਈ ਵਿੱਚ ਕਦੀ ਸਫਲਤਾ ਨਹੀਂ ਮਿਲ ਸਕੇਗੀ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਦੋਨੋਂ ਦੇਸ਼ਾਂ ਨੂੰ ਇਲਾਕੇ ਵਿੱਚ ਆਤੰਕ ਦੇ ਖਿਲਾਫ ਜਿੱਤ ਦੇ ਲਈ ਆਪਸੀ ਸਹਿਯੋਗ ਦੇ ਨਾਲ ਕੰਮ ਕਰਨਾ ਹੋਵੇਗਾ। ਫ੍ਰੈਂਚ ਪ੍ਰੈਜ਼ੀਡੈਂਟ ਇਮੈਨੁਅਲ ਮੈਕਰੋਨ ਨੇ ਵਾਅਦਾ ਕੀਤਾ ਹੈ ਕਿ ਉਹ ਕੈਰੇਬੀਅਨ ਵਿੱਚ ਹਰੀਕੇਨ ਇਰਮਾ ਤੋਂ ਬਰਬਾਦ ਹੋਏ ਫ੍ਰੈਂਚ ਟੈਰੀਟਰੀਜ਼ ਦਾ ਪੁਨਰ ਨਿਰਮਾਣ ਕਰਨਗੇ। ਮੈਕਰੋਨ ਨੇ ਕਿਹਾ ਹੈ ਕਿ ਫਰਾਂਸ ਨੇ ਆਪਣਾ ਸਭ ਤੋਂ ਵੱਡਾ ਏਅਰਲਿਫਟ ਮਿਸ਼ਨ ਪੂਰਾ ਕੀਤਾ ਹੈ, ਜਿਸ ਵਿੱਚ ਕਰੀਬ 2000 ਲੋਕਾਂ ਨੂੰ ਮੇਨਲੈਂਡ ਫਰਾਂਸ ਅਤੇ ਦੂਜੇ ਫ੍ਰੈਂਚ ਟੈਰੀਟਰੀਜ਼ ਤੱਕ ਪਹੁੰਚਾਇਆ ਗਿਆ ਹੈ। ਸਾਬਕਾ ਯੂਐਸ ਸੈਕਰਟਰੀ ਆਫ ਸਟੇਟ ਹਿਲੈਰੀ ਕਲਿੰਟਨ ਨੂੰ ਇਹ ਯਕੀਨ ਹੈ ਕਿ 2016 ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਕੈਂਪੇਨ ਦੇ ਦੌਰਾਨ ਡੋਨਲਡ ਟਰੰਪ ਦੀ ਟੀਮ ਅਤੇ ਰਸ਼ੀਆ ਦੇ ਵਿੱਚ ਮਿਲੀ ਭਗਤ ਸੀ। ਕਲਿੰਟਨ ਨੇ ਕਿਹਾ ਹੈ ਕਿ ਟਰੰਪ ਦੇ ਕੈਂਪੇਨ ਮੈਨੇਜਰ ਅਤੇ ਬਾਕੀ ਸਹਿਯੋਗੀਆਂ ਨੇ ਰੂਸੀਆ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਲੁਕਾਏ ਰੱਖਣ ਦੇ ਲਈ ਬਹੁਤ ਮਿਹਨਤ ਕੀਤੀ ਹੈ। ਪਿਛਲੇ 3 ਦਸ਼ਕਾਂ ਵਿੱਚ ਕਾਲਜ ਦੇ ਸਟੂਡੈਂਟਸ ਦੁਆਰਾ ਮੈਰੂਆਨਾ ਦਾ ਇਸਤੇਮਾਲ ਕਰਨ ਦੀ ਸਭ ਤੋਂ ਉੱਚੀ ਦਰ 2016 ਵਿੱਚ ਪਾਈ ਗਈ ਹੈ। ਯੂਨੀਵਰਸਿਟੀ ਆਫ ਮਿਸ਼ੀਗਨ ਦੁਆਰਾ ਕੀਤੇ ਗਏ ਇੱਕ ਸ਼ੋਧ ਦੇ ਅਨੁਸਾਰ 39% ਫੁੱਲ ਟਾਈਮ ਕਾਲਜ ਸਟੂਡੈਂਟਸ ਨੇ ਸੰਕੇਤ ਦਿੱਤਾ ਹੈ ਕਿ ਉਹ 12 ਮਹੀਨਿਆਂ ਵਿੱਚ ਘੱਟ ਤੋਂ ਘੱਟ ਇੱਕ ਵਾਰ ਮੈਰੂਆਨਾ ਦਾ ਇਸਤੇਮਾਲ ਜ਼ਰੂਰ ਕਰਦੇ ਹਨ। ਇਸੇ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਸ ਡੇਲੀ 'ਤੇ ਲੌਕਡਾਊਨ ਰਹੋ, ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਸ ਤੋਂ ਇਲਾਵਾ ਹੁਣ ਇਸ ਪੋਰਟਲ 'ਤੇ ਤੁਸੀਂ ਅਕਾਊਂਟਿੰਗ ਫਰਮ ਤੋਂ ਲੈ ਕੇ ਵੈਡਿੰਗ ਪਲੈਨਰਸ ਤੱਕ ਦੇ ਸਾਰੇ ਅਮਰੀਕਨ ਬਿਜ਼ਨੈਸਿਸ ਅਤੇ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ 'ਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਅਤੇ ਖੁਸ਼ਗਵਾਰ ਗੁਜ਼ਰੇ।